हाँ जी, सत श्रीकाल जी सारे नूं। अज असीं थोड़े लई न्यू सूट लेके आए हैं। पहला सूट हैगा जिहड़ा वाइन जे कलर ते है, इहनूं पर्पल कलर भी कह दिंदे ने कई। इह पैचिज नाल बणिया होइआ ते इह साडा डिजाइन नहीं हैगा, इह कस्टमाइज कीता सी। इह फ्रॉक है कलियां पा के, ये फ्रॉक बनी हुई है, मतलब बहुत सोहना बनया होया है। तो इस दे उपर पैच लगे हुए ने स्काई ब्लू, मतलब लाइट ग्रीन जो कलर लगे हुए है। ये हैंड वर्क नाल बनया हुआ है, क्रेप दा सूट है। तो इस दी सफाई तुसी देख सकते हो, मतलब हले प्रेस वगैरह होना है, हले एम ही आया है, हले प्रेस करना है। तो बहुत सोहना लगेगा, मतलब पाया हुआ है फ्रॉक जिम्मे मैरिज सीजन के ना। इस दी बैक साइड है, बैक साइड ते भी कलियां पईयां होईयां ने। जी किसी नूं हैवी चाहिदा ना तां होर हैवी भी हो सकदा। ये भी हैंड वर्क ही है, बैक साइड भी। ते इस दी बॉटम है, बॉटम ते भी मूरी ते ये चीज़ आएगी जे प्लाजो या सलवार जो भी करवाओगे तुसी। ते बाजू ते भी यही चीज़ है, बाजू ते थोड़ा जो फर्क है सच। ते बहुत सोहना बनया होया सूट है। इतो टेढ़ियां लाइनां ने जिहड़ियां टेढ़ियां जा रही ने। ਇਸ ਦਾ ਦੁਪੱਟਾ ਇਹ ਕਰੇਪ ਤੇ ਬਣਿਆ ਹੋਇਆ, ਇਹ ਸ਼ਾਇਦ 7 ਮੀਟਰ ਪਤਾ ਨਹੀਂ ਐਵੇਂ ਕੁਛ ਬਣਿਆ ਹੋਇਆ 7 ਮੀਟਰ 'ਚ। ਅਤੇ ਇਸ ਦਾ ਦੁਪੱਟਾ 3 ਸ਼ੇਡਸ 'ਚ ਬਣਿਆ ਹੋਇਆ ਅਤੇ ਇਸ 'ਤੇ ਗੋਟਾ ਲਗਵਾਇਆ ਉਹਨਾਂ ਨੇ। ਇਹ ਪਿਓਰ ਔਰਗੈਂਜ਼ਾ ਦੁਪੱਟਾ ਆ। ਪਾਰਟੀ ਵੀਅਰ ਸੂਟ ਹੈ ਇਹ। ਜੇ ਕਿਸੇ ਨੇ ਦੁਪੱਟਾ ਚੇਂਜ ਕਰਨਾ ਤਾਂ ਚੇਂਜ ਹੋ ਜਾਏਗਾ, ਤੇ ਮੈਸੇਜ ਕਰਕੇ ਵੇਟ ਕਰਿਆ ਕਰੋ, ਜਰੂਰ ਰਿਪਲਾਈ ਦੀ ਜਰੂਰ ਵੇਟ ਕਰਿਆ ਕਰੋ। ਤੇ ਇਸ ਤੋਂ ਅਗਲਾ ਸੂਟ ਹੈ, ਇਸ ਤੋਂ ਅਗਲਾ ਉਹ ਵੀ ਪੈਚ ਵਰਕ ਹੀ ਹੈ, ਕਰੇਪ ਦਾ ਸੂਟ ਹੈ। ਤੇ ਇਹ ਵੀ ਕਰੇਪ ਦਾ ਸੂਟ ਹੈ ਤੇ ਇਸ ਦੇ ਵਿੱਚ ਵੀ ਪੈਚ ਲੱਗੇ ਹੋਏ ਨੇ। ਬਹੁਤ ਸੋਹਣਾ ਸੂਟ ਹੈ ਇਹ, ਕਲਰ ਵੀ ਬਹੁਤ ਸੋਹਣਾ ਹੈ। ਇਹ ਵੀ ਅਸੀਂ ਕਸਟਮਾਈਜ਼ ਕੀਤਾ, ਇਸ ਤੇ ਪੈਚਾਂ ਦਾ ਕਲਰ ਹੈਗਾ ਜਿਹੜਾ ਉਹ ਮਜੰਟਾ ਜਿਹਾ ਕਲਰ ਹੈ। ਤੇ ਪਲੀਜ਼ ਇੱਕ ਗੱਲ ਕਹਿਣਾ ਚਾਹਾਂਗੇ ਸਰ, ਅਸੀਂ ਨਾ ਸਾਨੂੰ ਕਈ ਕਸਟਮਰ ਪਹਿਲਾਂ ਪੁੱਛ ਲੈਂਦੇ ਰਹੇ ਹੈ ਨਾ, ਜਿਵੇਂ ਅੱਜ ਤੋਂ ਸਰ ਤੋਂ 10-15 ਦਿਨ ਪਹਿਲਾਂ ਹੈ ਨਾ ਸਾਰੀ ਡਿਟੇਲ ਪੁੱਛ ਲਈ, ਅਤੇ ਉਸ ਤੋਂ ਬਾਅਦ ਬੁਕਿੰਗ ਫਿਰ ਨਾ ਉਹ 15-20 ਦਿਨ ਬਾਅਦ ਕਰਵਾਉਂਦੇ ਨੇ। ਅਤੇ ਹੁਣ ਕਿਉਂਕਿ ਟਾਈਮ ਇੰਨਾ ਜ਼ਿਆਦਾ ਲੱਗ ਰਿਹਾ ਸੂਟਾਂ ਨੂੰ, ਵੈਸੇ ਅਸੀਂ ਮੰਥ ਲੈਂਦੇ ਪਰ ਮੰਥ ਵੀ ਬਹੁਤ ਥੋੜ੍ਹਾ ਲੱਗ ਰਿਹਾ ਹੁਣ ਸੂਟਾਂ ਨੂੰ, ਤੇ ਤੁਸੀਂ ਜਲਦੀ ਆਰਡਰ ਕਰ ਦਿਆ ਕਰੋ ਤਾਂ ਕਿ ਜਲਦੀ ਮਿਲ ਸਕੇ। ਇਹ ਸਲਵਾਰ ਦੇ ਉੱਤੇ ਆਏਗਾ ਵਰਕ, ਇਸ ਦੀ ਸਲਵਾਰ 'ਤੇ ਵੀ ਵਰਕ, ਜੇ ਪਲਾਜ਼ੋ ਜਾਂ ਸਲਵਾਰ ਜੋ ਵੀ ਤੁਸੀਂ ਕਰੋਗੇ ਬੋਟਮ 'ਤੇ ਇਹ ਚੀਜ਼ ਆਏਗੀ, ਅਤੇ ਬਾਜੂ ਇਸ ਤਰੀਕੇ ਦੀ। ਇਹ ਵੀ ਹੈਂਡ ਵਰਕ ਦੇ ਵਿੱਚ ਬਣਿਆ ਹੋਇਆ, ਅਤੇ ਇਸ ਦੇ ਨਾਲ ਵੀ ਦੁਪੱਟਾ ਪਿਓਰ ਔਰਗੈਂਜ਼ਾ ਦਾ, ਇਸ ਦੇ ਵਿੱਚ ਸਿੱਪੀ ਨਾਲ ਜਾਲ ਪਿਆ ਹੋਇਆ। ਇਹ ਜਾਲ ਬਹੁਤ ਸੋਹਣਾ ਪਿਆ ਹੋਇਆ ਦੁਪੱਟੇ ਉੱਪਰ, ਤੇ ਡਬਲ ਸ਼ੇਡ ਦਾ ਦੁਪੱਟਾ, ਤੇ ਗੋਟਾ ਤੁਸੀਂ ਆਪਣੇ ਚੋਇਸ ਅਕੋਰਡਿੰਗ ਕਿਸੇ ਵੀ ਤਰੀਕੇ ਦਾ ਲਗਵਾ ਸਕਦੇ ਹੋ। ਇਸ ਤੇ ਖਿਚੜੀ ਗੋਟਾ ਵੀ ਵੈਸੇ ਸੋਹਣਾ ਲੱਗੂ, ਜਿਹੜਾ ਪਾਕਿਸਤਾਨੀ ਕਹਿੰਦੇ ਨੇ। ਤੇ ਇਹ ਜਾਲ ਵੀ ਸਾਰਾ ਹੈਂਡ ਵਰਕ ਨਾਲ ਪਿਆ ਹੋਇਆ ਹੈ। ਇਹ ਚਨੂਨ ਤੇ ਵੀ ਕਰ ਸਕਦੇ ਹੋ, ਇਹ ਦੋਨੋਂ ਸੂਟ ਹੀ ਹੈਂਡ ਵਰਕ 'ਚ ਸੀਗੇ। ਤੇ ਜਿਹੜੇ ਚਿੜੀਆਂ ਵਾਲੇ ਸੂਟ ਹਨ ਤੁਸੀਂ ਸਭ ਨੇ ਬਾਏ ਕੀਤੇ ਸੀਗੇ, ਉਹ ਲਵੈਂਡਰ 'ਚ ਸ਼ੇਡ 'ਤੇ ਸੀਗਾ, ਮੋਵ ਜੇ ਸ਼ੇਡ 'ਤੇ, ਅਤੇ ਇਹ ਡਾਰਕਿਸ਼ ਮ ਉਹਦੇ 'ਤੇ ਹੈ ਮਾਊਸ ਕਲਰ 'ਤੇ, ਬਹੁਤ ਸੋਹਣਾ ਸੂਟ ਹੈ ਇਹ, ਉਸ ਨਾਲੋਂ ਜ਼ਿਆਦਾ ਸੋਹਣਾ ਇਹ ਹੈ ਜਿਹੜਾ, ਮਤਲਬ ਆਪਾਂ ਪਹਿਲਾਂ ਪਰਪਲ ਜੇ ਕੀਤੇ ਨੇ ਉਸ ਤੋਂ ਜ਼ਿਆਦਾ ਇਹ ਕਲਰ ਉੱਪਰ ਜ਼ਿਆਦਾ ਖਿੰਡ ਰਿਹਾ ਹੈ। ਇਸ ਦੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਨੇ, ਇਹ ਮਤਲਬ ਇੰਨਾ ਜ਼ਿਆਦਾ ਸੇਲ ਹੋਇਆ ਸੂਟ ਇਹ ਨਾ, ਅਤੇ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਸੀਗੀ। ਇਸ ਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ, ਉਦੋਂ ਆਪਾਂ ਵਿਸਕੋਜ਼ ਔਰਗੈਂਜ਼ਾ ਦੇ ਦਿਖਾਇਆ ਸੀਗਾ ਹੈ ਨਾ, ਇਹ ਵਿਸਕੋਜ਼ ਔਰਗੈਂਜ਼ਾ 'ਤੇ ਨਹੀਂ ਹੈਗਾ, ਇਹ ਜੋਰਜੈਟ ਆ, ਫਾਈਨ ਵਾਲੀ ਜੋਰਜੈਟ ਦਾ ਸੂਟ ਹੈ,
ਤੇ ਦੁਪੱਟਾ ਉਦੋਂ ਸੈਮੀ ਦਾ ਸੀਗਾ ਤੇ ਪਿਓਰ ਆਰਗੈਂਜ਼ਾ ਦੇ ਵਿੱਚ ਤੇ ਦੁਪੱਟੇ ਦੇ ਵਿੱਚ ਵੀ ਪੈਚਿਸ ਵਰਕ ਹੋਇਆ ਹੋਇਆ ਪਿੱਟਾ ਵਰਕ ਹੋਇਆ ਹੋਇਆ ਐਵੇਂ ਤੇ ਸਫਾਈ ਬਹੁਤ ਜ਼ਿਆਦਾ ਹੋਈ ਹੋਈ ਇਹ ਮਸ਼ੀਨੀ ਵਰਕ ਹੈ ਸਾਰਾ ਇਹ ਤੇ ਇਹਦਾ ਕਲਰ ਹੀ ਬਹੁਤ ਸੋਹਣਾ ਹੈ ਡਾਰਕਿਸ਼ ਮਾਊਸ ਕਲਰ ਹੈ ਇਸ ਤੋਂ ਪਾਇਆ ਹੋਇਆ ਬਹੁਤ ਸਰਦਾਰੀ ਸੂਟ ਲੱਗੂਗਾ ਇਸ ਤੋਂ ਅਗਲਾ ਸੂਟ ਹੈਗਾ ਬਲੂ ਕਲਰ ਦੇ ਵਿੱਚ ਉਹ ਵੀ ਸੇਮ ਹੀ ਸੂਟ ਹੈ ਇਹ ਹੋਰ ਜਿਹੜਾ ਮੈਂ ਉਹਦੇ ਤੇ ਬਣਵਾਇਆ ਸੀਗਾ ਕਿਤੇ ਤੇ ਬਣਵਾਇਆ ਸੀਗਾ ਕਰਵਾ ਚੌਥ ਤੇ ਇਹ ਬਲੂ ਕਲਰ ਤੇ ਇਹ ਵੀ ਸਕੋਜ਼ ਆਰਗੈਂਜ਼ਾ ਤੇ ਬਣਾਇਆ ਸੀਗਾ ਇਹ ਬਲੂ ਤੇ ਵੀ ਬਹੁਤ ਸੋਹਣਾ ਲੱਗਦਾ ਉਦੋਂ ਆਪਾਂ ਮੋਵ ਜੇ ਤੇ ਬਣਾਇਆ ਸੀਗਾ ਤੇ ਇਸ ਦਾ ਵੀ ਦੁਪੱਟਾ ਐਵੇਂ ਹੀ ਆ ਪੂਰਾ ਹੈਵੀ ਆ ਪਰ ਜਿਹੜੇ ਹੁਣ ਅਸੀਂ ਸਟੱਫ ਤੇ ਬਣਾ ਰਹੇ ਉਸ ਤੇ ਜ਼ਿਆਦਾ ਸੋਹਣਾ ਲੱਗ ਰਿਹਾ ਇਹ ਉਦੋਂ ਪਿਓਰ ਤੇ ਨਹੀਂ ਬਣਵਾਇਆ ਸੀਗਾ ਇਹ ਸਕੋਜ਼ ਆਰਗੈਂਜ਼ਾ ਪਰ ਹੁਣ ਪਿਓਰ ਆਰਗੈਂਜ਼ਾ ਤੇ ਦੇਵਾਂਗੇ ਇਸ ਤੇ ਵੀ ਪੈਚ ਕੰਬੀਨੇਸ਼ਨ ਦਾ ਪੈਚ ਇਸ ਦਾ ਬਹੁਤ ਸੋਹਣਾ ਹੋਇਆ ਹੋਇਆ ਤੇ ਦੱਸਿਓ ਫਿਰ ਹੈ ਨਾ ਕਮੈਂਟਾਂ ਦੇ ਵਿੱਚ ਕਿਵੇਂ ਲੱਗੇ ਤੁਹਾਨੂੰ ਸਾਡੇ ਸੂਟ ਅਤੇ ਵਟਸਐਪ ਉੱਪਰ ਕੰਟੈਕਟ ਕਰਿਓ ਮੈਸੇਜ ਕਰਿਓ 6284292910 ਅਤੇ ਜੇ ਤੁਸੀਂ ਬਹੁਤ ਜ਼ਿਆਦਾ ਜਲਦੀ ਰਿਪਲਾਈ ਚਾਹੁੰਦੇ ਹੋ ਤਾਂ ਗੁਲਮੋਹਰ ਬਾਏ ਗਗਨ ਇੰਸਟਾਗ੍ਰਾਮ ਉੱਪਰ ਵਟਸਐਪ ਉੱਪਰ ਟਾਈਮ ਲੱਗਦਾ ਅਤੇ ਤੁਸੀਂ ਕਿਸੇ ਨੇ ਵੀ ਪੁਰਾਣੇ ਸੂਟਾਂ ਬਾਰੇ ਪੁੱਛਣਾ ਹੈ ਨਾ ਕੋਈ ਵੀ ਡਿਟੇਲ ਲੈਣੀ ਆ ਇੰਸਟਾਗ੍ਰਾਮ ਗੁਲਮੋਹਰ ਬਾਏ ਗਗਨ ਉਸਦੇ ਉੱਪਰ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਮਿਲ ਜੂ ਵੱਧ ਤੋਂ ਵੱਧ ਇੱਕ ਦੋ ਦਿਨ ਦੇ ਵਿੱਚ ਵੈਸੇ ਇੱਕ ਦਿਨ ਦੇ ਵਿੱਚ ਹੀ ਮਿਲ ਜਾਂਦਾ ਵਟਸਐਪ ਉੱਪਰ ਟਾਈਮ ਲੱਗਦਾ ਕਿਉਂਕਿ ਮੈਸੇਜ ਬਹੁਤ ਜ਼ਿਆਦਾ ਨੇ ਤੋਂ ਹੋ ਵੀ ਨਹੀਂ ਸੀ ਰਹੇ ਰਿਪਲਾਈ ਬਹੁਤ ਟਾਈਮ ਲੱਗ ਰਿਹਾ ਸੀਗਾ ਅਸੀਂ ਬਹੁਤ ਜ਼ਿਆਦਾ ਬਿਜ਼ੀ ਸੀਗੇ ਤੇ ਜਿਨ੍ਹਾਂ ਨੂੰ ਜਲਦੀ ਰਿਪਲਾਈ ਦੀ ਜ਼ਰੂਰਤ ਆ ਤਾਂ ਉਹ ਇੰਸਟਾਗ੍ਰਾਮ ਤੇ ਕਰ ਲਿਓ ਤੇ ਚਲੋ ਜੀ ਫਿਰ ਮਿਲਦੇ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਤੇ ਫਿਰ ਹੋਰ ਹੈਵੀ ਸੂਟ ਲੈ ਕੇ ਆਵਾਂਗੇ ਘੈਂਟ ਘੈਂਟ ਸੂਟ ਲੈ ਕੇ ਆਵਾਂਗੇ ਵੈਲਵਟ ਦੇ ਸੂਟ ਲੈ ਕੇ ਆਵਾਂਗੇ ਉਹ ਪਿਓਰ ਵੈਲਵਟ ਤੇ ਚਲੋ ਜੀ ਫਿਰ ਬਾਏ ਬਾਏ।